ਗੁੱਡ ਮਾਰਨਿੰਗ ਸਾਰਿਆਂ ਨੂੰ, ਸੋਨੀਆ ਵਰਮਾ ਵਲੌਗਸ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ। ਵੈਲਕਮ ਬੈਕ ਟੂ ਮਾਈ ਚੈਨਲ। ਕਿਸ ਤਰ੍ਹਾਂ ਤੁਸੀਂ ਸਾਰੇ ਸੁੱਕੇ ਆਣਾ ਫੈਲਾ ਦੇਣਾ, ਜਦ ਇਹ ਪੂਰੀ ਤਰ੍ਹਾਂ ਸੁੱਕ ਜਾਣਗੇ ਫਿਰ ਆਪਾਂ ਇਹਦਾ ਅਚਾਰ ਬਣਾਵਾਂਗੇ। ਮੈਂ ਇਹਨੂੰ ਧੁੱਪ 'ਚ ਪਾਉਣ ਜਾ ਰਹੀ ਹਾਂ। ਲਓ ਜੀ, ਆਪਾਂ ਬਣਾਵਾਂਗੇ ਅਚਾਰ। ਇਹ ਹੈ ਜੀਰਾ, ਰਾਈ, ਮੇਥੀ ਦਾਣਾ, ਨਮਕ, ਹਲਦੀ, ਧਨੀਆ ਪਾਊਡਰ ਅਤੇ ਸੌਂਫ। ਥੋੜ੍ਹੀ ਜਿਹੀ ਆਪਾਂ ਹਿੰਗ ਐਡ ਕਰਾਂਗੇ, ਇਹਨੂੰ ਆਪਾਂ ਡਰਾਈ ਰੋਸਟ ਕਰਾਂਗੇ। ਸਭ ਤੋਂ ਪਹਿਲਾਂ ਮੇਥੀ ਦਾਣਾ, ਜੀਰਾ, ਸੌਂਫ ਅਤੇ ਰਾਈ, ਇਹਨੂੰ ਆਪਾਂ ਰੋਸਟ ਕਰ ਲੈਣਾ। ਇੱਕ ਦੋ ਮਿੰਟ ਹੀ ਰੋਸਟ ਕਰਨਾ, ਉਸ ਤੋਂ ਬਾਅਦ ਆਪਾਂ ਇਹਨੂੰ ਦਰਦਰਾ ਪੀਸ ਲੈਣਾ ਗ੍ਰਾਈਂਡਰ ਦੇ ਵਿੱਚ। ਅਤੇ ਇਹਦੇ ਵਿੱਚ ਆਪਾਂ ਸਰ੍ਹੋਂ ਦਾ ਤੇਲ ਯੂਜ਼ ਕਰਾਂਗੇ ਅਤੇ ਸਿਰਕਾ ਯੂਜ਼ ਕਰਾਂਗੇ, ਚਿੱਟੇ ਵਾਲਾ ਵਿਨੇਗਰ ਕਹਿੰਦੇ ਆ, ਜਾਂ ਫਿਰ ਨਿੰਬੂ ਦਾ ਰਸ ਵੀ ਆਪਾਂ ਲੈ ਸਕਦੇ ਹਾਂ, ਛੋਟੀ ਆਹ ਵਾਲੀ ਅੱਧੀ ਕਟੋਰੀ। 1 ਕਿਲੋ ਮਿਰਚਾਂ ਦੇ ਹਿਸਾਬ ਨਾਲ ਤੁਸੀਂ ਲੈ ਲੈਣੀ ਹੈ। ਇਹਨੂੰ 2 ਤੋਂ 3 ਮਿੰਟ ਆਪਾਂ ਰੋਸਟ ਕਰਾਂਗੇ, ਠੰਡਾ ਕਰਕੇ ਫਿਰ ਪੀਸ ਲੈਣਾ। ਜਦੋਂ ਹਲਕੀ ਜਿਹੀ ਖੁਸ਼ਬੂ ਆਊਗੀ ਉਦੋਂ ਆਪਾਂ ਇਹਨੂੰ ਪੀਸ ਲੈਣਾ। ਇਹਨੂੰ ਆਪਾਂ ਹਿਲਾਉਂਦੇ ਰਹਿਣਾ, ਛੱਡਣਾ ਨਹੀਂ ਤਾਂ ਫਿਰ ਇਹ ਜਲਦੀ ਆਪਣਾ ਜਿਹੜਾ ਮਸਾਲੇ ਹੈ, ਇਸ ਲਈ ਇਹਨੂੰ ਵਿੱਚ ਵਿੱਚ ਆਪਾਂ ਹਿਲਾਉਂਦੇ ਰਹਾਂਗੇ। ਅਤੇ ਜਦ ਆਪਾਂ ਨੂੰ ਹਲਕੀ ਹਲਕੀ ਖੁਸ਼ਬੂ ਆਉਣ ਲੱਗ ਗਈ ਫਿਰ ਆਪਾਂ ਇਹਨੂੰ ਗੈਸ ਨੂੰ ਬੰਦ ਕਰ ਦੇਣਾ। ਸਲੋ ਫਲੇਮ 'ਤੇ ਆਪਾਂ ਇਹਨੂੰ ਰੋਸਟ ਕਰਨਾ। ਵਿੱਚ ਇਹਦੇ ਹਿੰਗ ਵੀ ਐਡ ਕਰਨੀ ਹੈ, ਅਗਰ ਤੁਸੀਂ ਖਾਂਦੇ ਨਹੀਂ ਖਾਂਦੇ ਤਾਂ ਸਕਿੱਪ ਕਰ ਦਿਓ। ਅਤੇ ਜਿਹੜਾ ਅਚਾਰ ਹੈ ਲੌਂਗ ਟਾਈਮ ਚੱਲਦਾ ਹੈ, ਖਰਾਬ ਨਹੀਂ ਹੁੰਦਾ, ਆਪਾਂ ਭਰ ਕੇ ਬਣਾਵਾਂਗੇ। ਜਿਹੜੀਆਂ ਮੋਟੀਆਂ ਮਿਰਚਾਂ ਹੁੰਦੀਆਂ, ਕੋਕਲਾ ਮਿਰਚ ਵੀ ਕਹਿੰਦੇ ਹਨ, ਲਾਲ ਮਿਰਚਾਂ 'ਚ ਵੀ ਭਰ ਸਕਦੇ ਹਾਂ ਇਹਦੇ 'ਚ ਵੀ, ਜਾਂ ਫਿਰ ਜਿਹੜੀ ਹਰੀ ਮਿਰਚਾਂ ਹੁੰਦੀਆਂ ਮੋਟੇ ਵਾਲੀ ਉਹਦੇ 'ਚ ਵੀ ਤੁਸੀਂ ਭਰ ਕੇ ਬਣਾ ਸਕਦੇ ਹੋ। ਜੇ ਆਪਾਂ ਥੋੜ੍ਹਾ ਥੋੜ੍ਹਾ ਰੋਸਟ ਹੋਣ ਲੱਗ ਗਏ, ਆ ਦੇਖੋ ਵਿੱਚ ਆਵਾਜ਼ ਆਉਣ ਲੱਗ ਗਈ। ਲਓ ਜੀ, ਆ ਦੇਖੋ ਆਵਾਜ਼ ਆਉਣ ਲੱਗ ਗਈ। ਬਸ ਆਪਾਂ ਇੰਨਾ ਹੀ ਇਹਨੂੰ ਰੋਸਟ ਕਰਨਾ, ਹੁਣ ਗੈਸ ਆਪਾਂ ਬੰਦ ਕਰ ਦਿੰਦੇ। ਅਤੇ ਲਓ ਜੀ, ਉਸੇ ਕੜਾਹੀ ਦੇ ਵਿੱਚ ਆਪਾਂ ਜਿਹੜੇ ਮਸਾਲੇ ਸੀਗੇ ਉਹ ਕੱਢ ਲਏ, ਹੁਣ ਆਪਾਂ ਇਹਦੇ ਵਿੱਚ ਮਸਟਰਡ ਆਇਲ ਪਾ ਕੇ ਗਰਮ ਕਰਾਂਗੇ, ਚੰਗੀ ਤਰ੍ਹਾਂ ਇਹਦਾ ਕੱਚਾ ਬਣ ਖਤਮ ਕਰ ਲਾਂਗੇ, ਕਾੜ ਲੈਣਾ ਇਹਨੂੰ। ਫਿਰ ਇਹਨੂੰ ਠੰਡਾ ਕਰਕੇ ਆਪਾਂ ਉਹੀ ਮਸਾਲੇ ਦੇ ਵਿੱਚ ਪਾ ਕੇ ਅਤੇ ਆਪਣੀਆਂ ਮਿਰਚਾਂ ਨੂੰ ਫਿਲ ਕਰਾਂਗੇ। ਠੀਕ ਹੈ ਜੀ, ਚੰਗੀ ਤਰ੍ਹਾਂ ਤੁਸੀਂ ਇਹਨੂੰ 1-2 ਮਿੰਟ ਪਕਾਉਣਾ ਹੈ, ਮਤਲਬ ਕੱਚਾ ਨਹੀਂ ਹੋਣਾ ਚਾਹੀਦਾ ਹੈਗਾ। ਇਸ ਨਾਲ ਜਿਹੜਾ ਆਪਣਾ ਅਚਾਰ ਹੈ ਕਦੇ ਖਰਾਬ ਨਹੀਂ ਹੁੰਦਾ, ਉੱਲੀ ਵਗੈਰਾ ਨਹੀਂ ਲੱਗਦੀ ਹੈਗੀ ਅਤੇ ਲੌਂਗ ਟਾਈਮ ਚੱਲਦਾ ਹੈ। ਜ਼ਰੂਰ ਤੁਸੀਂ ਇਸ ਤਰ੍ਹਾਂ ਇਸ ਟ੍ਰਿਕ ਨਾਲ ਬਣਾਇਓ ਇਸ ਅਚਾਰ ਨੂੰ, ਅਤੇ ਮੈਨੂੰ ਦੱਸਿਓ ਵੀ ਤੁਹਾਡਾ ਅਚਾਰ ਕਿਸ ਤਰ੍ਹਾਂ ਦਾ ਬਣਿਆ। ਅਮਚੂਰ ਪਾਊਡਰ ਵੀ ਤੁਸੀਂ ਐਡ ਕਰ ਸਕਦੇ ਹੋ, ਅਗਰ ਥੋੜ੍ਹਾ ਖੱਟਾ ਖਾਣਾ ਚਾਹੁੰਦੇ ਹੋ। ਇੱਕੋ ਹੀ ਚੀਜ਼ ਯੂਜ਼ ਕਰਨੀ ਹੈ, ਜਾਂ ਅਮਚੂਰ ਪਾ ਲਿਓ ਜਾਂ ਫਿਰ ਨਿੰਬੂ ਦਾ ਰਸ ਪਾ ਲਿਓ, ਨਹੀਂ ਤਾਂ ਫਿਰ ਜਿਹੜਾ ਵਾਈਟ ਵਿਨੇਗਰ ਹੈ, ਚਿੱਟਾ ਸਿਰਕਾ, ਉਹ ਵੀ ਤੁਸੀਂ ਪਾ ਸਕਦੇ ਹੋ, ਉਹਦੇ ਨਾਲ ਵੀ ਟੇਸਟ ਵਧੀਆ ਬਣਦਾ ਹੈ। ਚਲੋ ਜੀ, ਆਪਾਂ ਇਹਨੂੰ ਚੰਗੀ ਤਰ੍ਹਾਂ ਕੁੱਕ ਕਰਦੇ ਹਾਂ। ਲਓ ਜੀ, ਆ ਦੇਖੋ ਧੂੰਆਂ ਨਿਕਲਣ ਲੱਗ ਗਿਆ, ਅਤੇ ਆਪਾਂ ਹੁਣ ਆਪਾਂ ਗੈਸ ਨੂੰ ਔਫ ਕਰਾਂਗੇ, ਇਹਨੂੰ ਠੰਡਾ ਕਰ ਲੈਣਾ। ਠੰਡਾ ਕਰਕੇ ਬਾਕੀ ਦਾ ਦੱਸਣੀ ਮੈਂ ਤੁਹਾਨੂੰ ਬਾਅਦ 'ਚ ਕਿਆ ਕਰਨਾ। ਠੀਕ ਹੈ ਜੀ, ਇਹਨੂੰ ਆਪਾਂ ਬਿਲਕੁਲ ਠੰਡਾ ਕਰ ਲੈਣਾ, ਗਰਮ ਨਹੀਂ ਹੋਣਾ ਚਾਹੀਦਾ। ਇਸੇ ਤਰ੍ਹਾਂ ਜਿਹੜੇ ਆਪਣੇ ਮਸਾਲੇ ਰੋਸਟ ਕਰੇ ਉਹ ਵੀ ਠੰਡੇ ਹੋਣੇ ਚਾਹੀਦੇ, ਠੰਡੇ ਕਰਕੇ ਹੀ ਆਪਾਂ ਪੀਸਣੇ ਆ। ਅਤੇ ਜਿਹੜੀਆਂ ਮਿਰਚਾਂ ਆ ਆਪਣੀਆਂ ਡਰਾਈ ਹੋਣੇ ਚਾਹੀਦੇ, ਬਿਲਕੁਲ ਮੋਇਸਟ ਜਾਂ ਪਾਣੀ ਨਹੀਂ ਹੋਣਾ ਚਾਹੀਦਾ ਉਹਦੇ ਵਿੱਚ, ਨਾ ਹੀ ਕੋਈ ਗਲੀ ਹੋਈ ਹੋਣੀ ਚਾਹੀਦੀ ਆ। ਜੇ ਕੋਈ ਖਰਾਬ ਮਿਰਚ ਹੈ ਤਾਂ ਤੁਸੀਂ ਉਹਨੂੰ ਸਾਈਡ 'ਤੇ ਕੱਢ ਦਿਓ, ਅਤੇ ਫਿਰ ਆਪਾਂ ਇਹਦਾ ਬਣਾਉਂਦੇ ਹਾਂ ਅਚਾਰ ਜੀ। ਇਹ ਠੰਡਾ ਹੋ ਚੁੱਕਿਆ, ਆਪਾਂ ਇਹਨੂੰ ਮਿਕਸਰ ਦੇ ਵਿੱਚ ਪਾ ਕੇ ਦਰਦਰਾ ਪੀਸ ਲੈਂਦੇ ਹਾਂ, ਅਤੇ ਇਹਦਾ ਪਾਊਡਰ ਬਣਾਵਾਂਗੇ ਦਰਦਰਾ ਜਿਹਾ। ਲਓ ਜੀ, ਬਣਾ ਲਿਆ, ਅਤੇ ਹੁਣ ਆਪਾਂ ਇਹਨੂੰ ਇਸ ਤੇਲ ਦੇ ਵਿੱਚ ਮਿਕਸ ਕਰ ਲੈਣਾ। ਨਮਕ ਐਡ ਕਰਾਂਗੇ, ਧਨੀਆ ਪਾਊਡਰ, ਹਲਦੀ, ਅਤੇ ਆਪਾਂ ਕਾਲਾ ਨਮਕ ਵੀ ਐਡ ਕਰ ਦਾਂਗੇ, ਇਹਦੇ ਨਾਲ ਟੇਸਟ ਬਹੁਤ ਵਧੀਆ ਹੁੰਦਾ। ਇਹਨੂੰ ਮਿਕਸ ਕਰ ਲੈਣਾ।
ਆਪਾਂ ਮਸਾਲੇ ਨੂੰ ਇਹਦੇ ਵਿੱਚ ਤੇਲ ਦੇ ਵਿੱਚ ਡਿਪ ਕਰ ਲੈਣਾ ਤੇ ਰਲਾ ਲੈਣਾ ਕੋਈ ਡਲੀ ਜਾਂ ਗੱਠ ਵਗੈਰਾ ਨਹੀਂ ਹੋਣੀ ਚਾਹੀਦੀ ਤੇ ਇਸੀ ਦੇ ਵਿੱਚ ਆਪਾਂ ਹੁਣ ਪਾਵਾਂਗੇ ਵਿਨੇਗਰ ਆਪਾਂ ਸਿਰਕਾ ਪਾਵਾਂਗੇ ਖਟਾਸ ਵਾਸਤੇ ਇਹਨੂੰ ਵੀ ਮਿਕਸ ਕਰ ਲੈਣਾ ਲਓ ਜੀ ਇਹ ਤਾਂ ਆਪਣਾ ਮਿਕਸ ਹੋ ਗਿਆ ਅਤੇ ਹੁਣ ਆਪਾਂ ਮਿਰਚਾਂ ਨੂੰ ਕੱਟ ਲਗਾਉਣਾ ਲਓ ਜੀ ਆਹ ਆਪਣੀ ਮਿਰਚ ਹੈ ਡਰਾਈ ਹੋ ਚੁੱਕੀ ਇਹਨੂੰ ਆਪਾਂ ਕੱਟ ਲਗਾ ਲੈਣਾ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਸਾਰੀਆਂ ਮਿਰਚਾਂ ਕਟਿੰਗ ਕਰਾਂਗੇ ਖਾਣ ਦੇ ਵਿੱਚ ਬਹੁਤ ਟੇਸਟੀ ਲੱਗਦੀਆਂ ਪੰਜਾਬ ਦੇ ਵਿੱਚ ਤਾਂ ਹਰ ਇੱਕ ਚੀਜ਼ ਹੈ ਜਿਹੜੀ ਸਰ੍ਹੋਂ ਦੇ ਤੇਲ ਦੇ ਵਿੱਚ ਬਣਾਈ ਜਾਂਦੀ ਹੈ ਅਤੇ ਖਾਈ ਜਾਂਦੀ ਹੈ ਕਿਉਂਕਿ ਇਹ ਹੈਲਦੀ ਹੁੰਦਾ ਜਾਂ ਫਿਰ ਦੇਸੀ ਘੀ ਇਸ ਤਰ੍ਹਾਂ ਆਪਾਂ ਸਾਰੀਆਂ ਮਿਰਚਾਂ ਰੈਡੀ ਕਰ ਲੈਣੀਆਂ ਮੈਂ ਤੁਹਾਨੂੰ ਥੋੜ੍ਹੀ ਜਿਹੀ ਦਿਖਾ ਦਿੰਦੀ ਹਾਂ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਵਿੱਚੋਂ ਵੀ ਕੱਟ ਸਕਦੇ ਹੋ ਅਤੇ ਚੀਰਾ ਵੀ ਦੇ ਸਕਦੇ ਹੋ ਜਿਸ ਤਰ੍ਹਾਂ ਵੀ ਤੁਸੀਂ ਲਾਈਕ ਕਰਦੇ ਹੋ ਇਹ ਕੜੱਤਣ ਦੇ ਘੱਟ ਹੁੰਦੀ ਹੈ ਲਓ ਜੀ ਇਹ ਆਪਾਂ ਇਸ ਤਰ੍ਹਾਂ ਫੜ ਕੇ ਨਾ ਹੱਥ ਨਾਲ ਭਰ ਲਿਓ ਤੁਸੀਂ ਵਧੀਆ ਤਰੀਕੇ ਨਾਲ ਭਰ ਹੋ ਜਾਂਦੀ ਹੈ ਇਸ ਤਰ੍ਹਾਂ ਤੁਸੀਂ ਕੰਟੇਨਰ ਦੇ ਵਿੱਚ ਰੱਖੀ ਜਾਂਦੇ ਕੋਈ ਵੀ ਪਲਾਸਟਿਕ ਦਾ ਡੱਬਾ ਹੋਵੇ ਸਟੀਲ ਦੇ ਬਰਤਨ 'ਚ ਨਹੀਂ ਪਾਉਣੀਆਂ ਹੈਗੀਆਂ ਨਹੀਂ ਤਾਂ ਇਹ ਕਿਸੇ ਆ ਜਾਣਗੀਆਂ ਅਗਰ ਤੁਸੀਂ ਇੰਸਟੈਂਟ ਖਾਣਾ ਚਾਹੁੰਦੇ ਹੋ ਤਾਂ ਤੜਕਾ ਵੀ ਲਗਾ ਸਕਦੇ ਮਿਕਸਚਰ ਨੂੰ ਭਰਨ ਤੋਂ ਬਾਅਦ ਥੋੜ੍ਹਾ ਜਿਹਾ ਅਤੇ ਉਹ ਜਲਦੀ ਬਣ ਜਾਂਦਾ ਜੇ ਤੁਸੀਂ ਲੌਂਗ ਟਾਈਮ ਰੱਖਣਾ ਚਾਹੁੰਦੇ ਹੋ ਫਿਰ ਤੁਸੀਂ ਇਹਨੂੰ 4-5 ਦਿਨਾਂ ਲਈ ਰੱਖ ਸਕਦੇ ਡੱਬੇ 'ਚ ਬੰਦ ਕਰਕੇ ਧੁੱਪ ਲਵਾ ਲਿਓ ਅਤੇ 2 ਸਾਲ ਚੱਲਦਾ ਵਧੀਆ ਇਸ ਤਰ੍ਹਾਂ ਨੂੰ ਆਪਾਂ ਚੰਗੀ ਤਰ੍ਹਾਂ ਭਰ ਲੈਣਾ ਹੱਥ ਤੁਹਾਡੇ ਬਿਲਕੁਲ ਸਿੱਟੇ ਹੋਣੇ ਚਾਹੀਦੇ ਹੈ ਗਿੱਲੇ ਨਹੀਂ ਹੋਣੇ ਚਾਹੀਦੇ ਇਸ ਤਰ੍ਹਾਂ ਚੰਗੀ ਤਰ੍ਹਾਂ ਇਹਦੇ ਵਿੱਚ ਮਸਾਲਾ ਫੀਲ ਕਰ ਲੈਣਾ ਤੁਸੀਂ ਲਓ ਜੀ ਆਹ ਦੇਖੋ ਆਪਣਾ ਮਸਾਲੇ ਵਾਲੀ ਮਿਰਚਾਂ ਭਰ ਕੇ ਤਿਆਰ ਹੋ ਚੁੱਕੀਆਂ ਅਤੇ ਇਹਨੂੰ ਬੰਦ ਕਰ ਦੇਣਾ ਤੁਸੀਂ ਧੁੱਪ ਲਵਾ ਲੈਣੀ ਹੈ ਇੱਕ ਅੱਧੀ ਉਹਦੇ ਨਾਲ ਇਹ ਖਰਾਬ ਨਹੀਂ ਹੁੰਦਾ ਅਤੇ 2-3 ਸਾਲ ਆਰਾਮ ਨਾਲ ਚੱਲਦਾ ਹੈ ਅਤੇ ਮੇਰੇ ਕੋਲ ਪਹਿਲਾਂ ਵੀ ਪਚਿਆ ਹੋਇਆ ਚਾਰ ਹੈਗਾ ਉਹਨੂੰ ਤਕਰੀਬਨ 2 ਸਾਲ ਹੋ ਚੁੱਕੇ ਆ ਅਤੇ ਬਿਲਕੁਲ ਵਧੀਆ ਚੱਲ ਰਿਹਾ ਅਤੇ ਅੱਜ ਦੇ ਵਲੋਗ ਦੇ ਵਿੱਚ ਇੰਨਾ ਹੀ ਥੈਂਕਸ ਫੋਰ ਵਾਚਿੰਗ ਸੋਨੀਆ ਵਰਮਾ ਵਲੋਗਸ ਮਿਲਾਂਗੇ ਕਿਸੇ ਨਵੇਂ ਵਲੋਗ ਦੇ ਨਾਲ ਦੇਖਦੇ ਰਹੋ ਸੋਨੀਆ ਵਰਮਾ ਵਲੋਗ ਅਤੇ ਨਵੀਂ ਨਵੀਂ ਰੈਸਪੀ ਨਵੇਂ ਨਵੇਂ ਵਲੋਗ ਦੇ ਨਾਲ ਥੈਂਕ ਯੂ ਜੀ